अगर आपने हमारे चैनल को सब्सक्राइब नहीं किया है तो इसे सब्सक्राइब कर लें। नई सोच वेलफेयर सोसाइटी की तरफ से जरूरतमंद लोगों को राशन बांटा गया, जिसमें क्लब के मेंबरों द्वारा बठिंडा में अंदर लगे कर्फ्यू दौरान गरीब व जरूरतमंद लोगों की भूख मिटाने की खातिर राशन बांटा। लंगर बांट सेवा अदा की जा रही है। उन्होंने बताया कि उनकी कोशिश है कि उनकी ओर से किसी भी गरीब को इस कर्फ्यू दौरान भूखा नहीं सोने दिया जाएगा। इस दौरान उन्होंने इस सेवा में बठिंडा प्रशासन के मिले सहयोग के लिए भी आभार व्यक्त किया। इससे पहले की ओर से जरूरतमंद परिवारों को राशन बांटा गया। इस मौके पर मनप्रीत सिंह, सुशील कुमार, सतवीर सिंह, लखा वालिया आदि मौजूद रहे। उनके द्वारा अपील की गई दानी सज्जन PAYTM नंबर 9463076961 पर सहयोग करें। साडा प्रोग्राम जी, साडी एक सोसाइटी है, क्लब है नवी सोच वेलफेयर सोसाइटी, जिदे वल्लों हर रोज 50 तो लेके 60 परिवारां नूं राशन ਦਿੱਤਾ ਜਾਂਦਾ। ਉਹਨਾਂ ਜ਼ਰੂਰਤਮੰਦ ਅਤੇ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਜਾਂਦਾ ਜਿਹੜੇ ਡੇਲੀ ਦਿਹਾੜੀ ਕਰਕੇ ਆਪਦਾ ਪੇਟ ਪਾਲਦੇ ਸੀ। ਤੁਹਾਨੂੰ ਪਤਾ ਹੀ ਹੋਣਾ ਕਿ ਪੂਰਾ ਵਿਸ਼ਵ ਇੱਕ ਕਰੋਨਾ ਨਾਂ ਦੀ ਬਿਮਾਰੀ ਜਿਹੜੀ ਸਮੱਸਿਆ ਨਾਲ ਪੂਰਾ ਦੇਸ਼, ਪੂਰੀ ਦੁਨੀਆ ਜੂਝ ਰਹੀ ਹੈ। ਉਹਦੇ ਵਿੱਚ ਆਪਾਂ ਵੀ ਆਉਂਦੇ, ਆਪਣੇ ਪੰਜਾਬੀ ਵੀ ਆਉਂਦੇ ਆ, ਅਤੇ ਆਪਣੇ ਜਿਹੜੇ ਆਸੇ ਪਾਸੇ ਵਾਲੇ ਜਿਹੜੇ ਜ਼ਰੂਰਤਮੰਦ ਪਰਿਵਾਰ ਆ ਉਹ ਵੀ ਆਉਂਦੇ ਆ। ਉਹ ਨਾ ਤਾਂ ਦਿਹਾੜੀ ਕਰ ਸਕਦੇ ਆ, ਨਾ ਬਾਹਰ ਜਾ ਸਕਦੇ ਆ, ਕਿਉਂਕਿ ਸਰਕਾਰਾਂ ਦੁਆਰਾ ਦਿੱਤੇ ਗਏ ਆਦੇਸ਼, ਜੋ ਲੋਕਡਾਊਨ ਕੀਤਾ ਹੋਇਆ, ਜੋ ਕਰਫਿਊ ਲੱਗਿਆ ਹੋਇਆ ਕਿ ਆਪਾਂ ਬਾਹਰ ਨਹੀਂ ਜਾ ਸਕਦੇ, ਤਾਂ ਉਹਨਾਂ ਦੇ ਕਿਤੇ ਨਾ ਕਿਤੇ ਆਪਦੇ ਜਿਹੜੇ ਰੋਜ਼ਮਰਾ ਕਮਾ ਕੇ ਦਿਹਾੜੀ ਵਾਲੇ ਕੰਮ ਸੀ, ਉਹ ਬੰਦ ਹੋ ਚੁੱਕੇ ਆ। ਸਾਡੀ ਸੁਸਾਇਟੀ ਨੇ ਬੀੜਾ ਚੱਕਿਆ ਕਿ ਉਹ ਜਿਹੜੇ ਜ਼ਰੂਰਤਮੰਦ ਪਰਿਵਾਰ ਆ ਉਹਨਾਂ 'ਚੋਂ ਕੋਈ ਵੀ ਪਰਿਵਾਰ ਭੁੱਖਾ ਨਾ ਰਹੇ। ਜਿੰਨੇ ਕੁ ਪਰਿਵਾਰਾਂ ਦਾ ਸਾਨੂੰ ਪਤਾ ਲੱਗਦਾ, 60 ਹੋਣ, 70 ਹੋਣ, ਚਾਹੇ ਉਹ 50 ਹੋਣ, ਹਰ ਇੱਕ ਜ਼ਰੂਰਤਮੰਦ ਪਰਿਵਾਰ ਲਈ ਰਾਸ਼ਨ ਪਹੁੰਚਾਇਆ ਜਾਂਦਾ, ਚਾਹੇ ਉਹ ਸ਼ਹੀਦ ਬਾਬਾ ਦੀਪ ਸਿੰਘ ਨਗਰ ਦਾ ਹੋਵੇ, ਚਾਹੇ ਊਧਮ ਨਗਰ ਦਾ ਹੋਵੇ, ਚਾਹੇ ਗੁਰੂ ਨਾਨਕ ਨਗਰ ਦਾ ਹੋਵੇ। ਜਿੰਨੀ ਕੁ ਸਾਡੀ ਕੋਸ਼ਿਸ਼ ਹੈ, ਜਿੰਨੇ ਕੁ ਜ਼ਰੂਰਤਮੰਦ ਪਰਿਵਾਰਾਂ ਦੀ ਇਸ ਮਹਾਂਮਾਰੀ ਦੇ ਵਿੱਚ ਅਸੀਂ ਸਹਾਇਤਾ ਕਰ ਸਕਦੇ ਹਾਂ, ਚਾਹੇ ਦਵਾਈ ਦੇ ਰੂਪ ਦੇ ਵਿੱਚ ਹੋਵੇ, ਚਾਹੇ ਰਾਸ਼ਨ ਦੇ ਰੂਪ ਦੇ ਵਿੱਚ ਹੋਵੇ, ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੀ ਸਹਾਇਤਾ ਕਰੀਏ। ਤੁਸੀਂ ਦੇਖ ਹੀ ਰਹੇ ਹੋ ਕਿ ਸਾਡੇ ਕੋਲ ਰਾਸ਼ਨ ਮੌਜੂਦ ਹੈ, ਜਿਹੜਾ ਕਿ ਅਸੀਂ ਤਕਰੀਬਨ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਸਾਡੇ ਕਲੱਬ ਦੇ ਜਿੰਨੇ ਮੈਂਬਰ ਨੇ ਉਹਨਾਂ ਦੀਆਂ ਇੱਕ ਟੀਮਾਂ ਬਣਾਈਆਂ ਜਾਂਦੀਆਂ ਸਾਡੇ ਪ੍ਰਧਾਨ ਜੀ ਵੱਲੋਂ। ਦੋ ਦੋ ਮੈਂਬਰ ਜਾ ਕੇ ਇਸ ਗੱਲ ਦਾ ਵੀ ਖਿਆਲ ਰੱਖਦੇ ਹਾਂ ਨਾਲ ਨਾਲ ਕਿ ਜੋ ਸਰਕਾਰ ਵੱਲੋਂ ਸਾਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ, ਜੋ ਅਸੀਂ ਡਿਸਟੈਂਸ ਬਣਾ ਕੇ ਰੱਖਣਾ, ਜਾਂ ਇਸ ਬਿਮਾਰੀ ਤੋਂ ਜੋ ਜੋ ਵੀ ਸਰਕਾਰ ਵੱਲੋਂ ਕਿਹਾ ਗਿਆ ਵੀ ਇਸ ਬਿਮਾਰੀ ਤੋਂ ਤੁਸੀਂ ਆਪਦਾ ਬਚਾਅ ਕਰਨਾ, ਅਸੀਂ ਉਸ ਨੂੰ ਵੀ ਮੱਦੇਨਜ਼ਰ ਰੱਖਦੇ ਹਾਂ। ਅਸੀਂ ਪੁਲਿਸ ਪ੍ਰਸ਼ਾਸਨ ਦਾ ਵੀ ਸਾਥ ਦਿੰਦੇ ਹਾਂ। ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਮਹੱਲੇ ਦੇ ਵਿੱਚ ਵੀ ਸਾਡੇ ਵਲੰਟੀਅਰ ਕਿਤੇ ਨਾ ਕਿਤੇ ਜਿੱਥੇ ਸਾਨੂੰ ਲੱਗਦਾ ਵੀ ਇੱਥੇ ਭੀੜ ਹੈ ਜਾਂ ਇੱਥੇ ਕੁਛ ਇਕੱਠੇ ਹੈ, ਉਹਨਾਂ ਨੂੰ ਵੀ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ, ਉਹਨਾਂ ਨੂੰ ਕਿਹਾ ਜਾਂਦਾ ਕਿ ਯਾਰ ਆਪਾਂ ਇਸ ਬਿਮਾਰੀ ਤੋਂ ਵੀ ਬਚਾਅ ਕਰੀਏ, ਕਿ ਆਪਾਂ ਬਚ ਕੇ ਰਹੀਏ। ਰਾਸ਼ਨ ਤਕਰੀਬਨ ਕੱਲ੍ਹ 50 ਪਰਿਵਾਰਾਂ ਨੂੰ ਅਸੀਂ ਦਿੱਤਾ ਹੋਣਾ, 50 ਤੋਂ 60 ਪਰਿਵਾਰ ਆਏ, ਜਿਹਦੇ ਵਿੱਚ ਸਾਡੇ ਕਲੱਬ ਵੱਲੋਂ ਵੱਧ ਤੋਂ ਵੱਧ ਸਹਿਯੋਗ ਇਕੱਠਾ ਕੀਤਾ ਜਾਂਦਾ, ਜਿਹਦੇ ਵਿੱਚ ਬਾਹਰ ਤੋਂ ਦਾਨੀ ਸੱਜਣ ਸਾਰੇ ਜਿੰਨੇ ਸਾਡੇ ਯਾਰ ਦੋਸਤ ਆ ਜਾਂ ਮਹੱਲਾ ਹੈ ਜਾਂ ਕੋਈ ਵੀ ਹੈ, ਜੋ ਵੀ ਦਾਨੀ ਸੱਜਣ ਸਾਨੂੰ ਸਹਿਯੋਗ ਦੇਣਾ ਚਾਹੁੰਦਾ ਦਿੰਦਾ, ਅਤੇ ਸਾਡੇ ਕੋਲ ਸਹਿਯੋਗ ਆ ਵੀ ਰਿਹਾ। ਸਾਡੇ ਇਹੋ ਜਿਹੇ ਭਰਾ ਹੈ, ਇਹੋ ਜਿਹੇ ਦਾਨੀ ਸੱਜਣ ਆ ਜਿਹੜੇ ਸਾਡੇ ਕੋਲ ਪੈਸਾ ਭੇਜ ਰਹੇ ਆ ਜਾਂ ਰਾਸ਼ਨ ਦੇ ਰੂਪ 'ਚ ਕੋਈ ਵੀ ਹੋਵੇ। ਮੈਂ ਉਮੀਦ ਕਰਦਾ ਕਿ ਤੁਹਾਡੇ ਚੈਨਲ ਦੇ ਥਰੂ ਇਹ ਸਾਡੀ ਆਵਾਜ਼ ਜਿੱਥੋਂ ਤੱਕ ਵੀ ਜਾਏਗੀ ਤਾਂ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਹੈ। ਸਾਰਿਆਂ ਨੂੰ ਮੈਂ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਜੇਕਰ ਜਿੱਦਾਂ ਸਾਡੀ ਸੁਸਾਇਟੀ ਅੱਜ ਦੀ ਇਹ ਸੌਖੀ ਘੜੀ ਦੇ ਵਿੱਚ ਗਰੀਬ ਅਤੇ ਜ਼ਰੂਰਤਮੰਦ ਪਰਿਵਾਰਾਂ ਦੀ ਹੈਲਪ ਕਰ ਰਹੀ ਹੈ, ਉਹਨਾਂ ਤੱਕ ਰਾਸ਼ਨ ਪਹੁੰਚਾ ਰਹੀ ਹੈ, ਕੋਸ਼ਿਸ਼ ਕਰੀਏ ਆਪਾਂ ਵੀ ਕੋਈ ਇਹੋ ਜਿਹੇ ਜ਼ਰੂਰਤਮੰਦ ਪਰਿਵਾਰ ਜਿਹੜਾ ਅੱਜ ਦੇ ਟਾਈਮ 'ਤੇ ਰੋਜ਼ ਦਿਹਾੜੀ ਕਰਕੇ ਖਾਂਦਾ ਹੋਵੇ ਅਤੇ ਕਿਤੇ ਭੁੱਖਾ ਨਾ ਬੈਠਾ ਹੋਵੇ। ਸੋ ਮੈਂ ਇਹੀ ਵਿਸ਼ਵਾਸ ਕਰਦਾ ਕਿ ਜਿਵੇਂ ਅਸੀਂ ਲੋਕਾਂ ਦੀ ਹੈਲਪ ਕਰ ਰਹੇ ਹਾਂ, ਤੁਸੀਂ ਵੀ ਜਾਂ ਕੋਈ ਹੋਰ ਸੁਸਾਇਟੀਆਂ ਜਾਂ ਕੋਈ ਹੋਰ ਮੈਂਬਰ ਜਿਨ੍ਹਾਂ ਨੂੰ ਲੱਗਦਾ ਸਾਡੇ ਘਰ ਦੇ ਨੇੜੇ ਆ, ਸੋ ਇਹਨਾਂ ਦੀ ਹੈਲਪ ਕਰੋਗੇ। ਸੋ ਮੈਂ ਬੇਨਤੀ ਕਰਾਂਗਾ ਸ਼ਹੀਦ ਬਾਬਾ ਦੀਪ ਸਿੰਘ ਨਗਰ ਅਤੇ ਊਧਮ ਨਗਰ ਦੇ ਉਹਨਾਂ ਪਰਿਵਾਰਾਂ ਨੂੰ, ਜ਼ਰੂਰਤਮੰਦ ਅਤੇ ਦਿਹਾੜੀਦਾਰ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਡੇਲੀ ਕਮਾ ਕੇ ਖਾਣ ਦੀ ਲੋੜ ਹੈ, ਕਿ ਉਹ ਸਾਡੇ ਨਾਲ ਜੇ ਉਹਨਾਂ ਨੂੰ ਕਿਸੇ ਵੀ ਰਾਸ਼ਨ ਦੀ ਸਹਾਇਤਾ ਦੀ ਲੋੜ ਹੋਵੇ ਤਾਂ ਉਹ ਸਾਡੇ ਨਾਲ ਰਾਬਤਾ ਕਾਇਮ ਕਰਨ, ਤਾਂ ਕਿ ਇਸ ਮੁਸ਼ਕਲ ਘੜੀ ਦੇ ਵਿੱਚ ਉਹਨਾਂ ਦੀ ਸਹਾਇਤਾ ਕੀਤੀ ਜਾਵੇ। ਅਤੇ ਦੂਸਰੀ ਬੇਨਤੀ ਮੈਂ ਇਹ ਕਰਾਂਗਾ ਕਿ ਜੋ ਸਰਕਾਰ ਨੇ ਸਾਡੇ ਵਾਸਤੇ ਕਰੋਨਾ ਦੀ ਬਿਮਾਰੀ ਤੋਂ ਬਚਣ ਵਾਸਤੇ ਦਿਸ਼ਾ ਨਿਰਦੇਸ਼ ਬਣਾਏ ਨੇ, ਚਾਹੇ ਉਹ ਡਿਸਟੈਂਸ ਦੇ ਹੋਣ, ਚਾਹੇ ਉਹ ਮਾਸਕ ਦੇ ਹੋਣ, ਚਾਹੇ ਉਹ ਲੋਕਡਾਊਨ ਘਰੇ ਰਹਿਣ ਦੇ ਹੋਣ, ਆਪਾਂ ਨੂੰ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਹੈ।
ਆ ਕੇ ਆਪਣੇ ਇਸ ਭਿਆਨਕ ਬਿਮਾਰੀ ਤੋਂ ਬਚੇ ਜਾ ਸਕੀ। ਸੋ ਸਾਡੇ ਕਲੱਬ ਵੱਲੋਂ ਵੀ ਨਵੀਂ ਸੋਚ ਵੈਲਫੇਅਰ ਸੁਸਾਇਟੀ ਵੱਲੋਂ ਅਤੇ ਮੁਹੱਲੇ ਦੇ ਮੋਤਬਰ ਕੌਂਸਲਰ ਸ੍ਰੀ ਸ਼ਾਮ ਲਾਲ ਜੀ ਜੈਨ ਵੱਲੋਂ ਵੀ ਇਹੀ ਸੁਨੇਹਾ ਕਿ ਕਰੋਨਾ ਦੀ ਬਿਮਾਰੀ ਤੋਂ ਬਚਣ ਵਾਸਤੇ ਆਪਾਂ ਆਪਦੇ ਘਰਾਂ ਵਿੱਚ ਰਹੀਏ, ਇਸ ਬਿਮਾਰੀ ਤੋਂ ਬਚਾ ਰੱਖੀਏ, ਕਿਉਂਕਿ ਆਪਣੀ ਸੇਫਟੀ ਨਾਲ ਹੀ ਆਪਣਾ ਪਰਿਵਾਰ ਸੇਫ ਹੈ। ਸੋ ਮੈਂ ਸਾਰਿਆਂ ਤੋਂ ਇਹੀ ਆਸ ਕਰਦਾ ਕਿ ਜਿੱਦਾਂ ਅਸੀਂ ਇਸ ਬਿਮਾਰੀ ਤੋਂ ਦੂਰੀ ਬਣਾਈ ਹੋਈ ਹੈ, ਅਸੀਂ ਸੇਫ ਹਾਂ, ਤੁਸੀਂ ਵੀ ਸਾਰੇ ਸੇਫ ਰਹੋ। ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਰ ਆਪਨੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਆ ਹੈ ਤੋ ਇਸੇ ਸਬਸਕ੍ਰਾਈਬ ਕਰ ਲੇਂ।